ਦੂਜੇ ਪੱਲੋਂ ਆਇਆ ਵਾ ਉਹਨੇ ਚਪੇੜ ਛੱਡੀ ਆ, ਕੀ ਵੱਜੀ ਆ, ਡੰਡੇ ਮਾਰਨ ਦੇ ਸੀਗੇ, ਕੀ ਕੁਛ ਮਾਰਨ ਦੇ ਸੀਗੇ, ਮੇਰੇ ਮਕਾਨ ਦਾ ਕਹਿੰਦੇ ਜੀ ਕਬਜ਼ਾ ਮੈਨੂੰ ਦੇ ਦੇ। ਕਿੱਥੇ ਆ ਘਾਹ ਮੰਡੀ ਆਪਣੀ ਸ਼ਿਕਾਇਤ ਲਿਖਵਾ ਰਿਹਾ ਔਰ ਇਹ ਪੁਲਿਸ ਦਾ ਮੁਲਾਜ਼ਮ ਨਾਲ ਨਾਲ ਪੈਗ ਲਗਾ ਰਿਹਾ ਔਰ ਇਸਦੀ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ। ਦੱਸਦੀਏ ਕਿ ਇਹ ਸਬ ਇੰਸਪੈਕਟਰ ਸਵਰਨ ਸਿੰਘ ਹੈ ਜੋ ਥਾਣੇ ਦੇ ਵਿੱਚ ਵਰਦੀ ਉਤਾਰ ਕੇ ਪੈਗ ਲਗਾ ਰਿਹਾ। ਇੱਕ ਸ਼ਿਕਾਇਤਕਰਤਾ ਆਇਆ ਜਿਸ ਨੇ ਆਪਣੀ ਗੱਲਬਾਤ ਦੱਸੀ ਔਰ ਇਹ ਪੁਲਿਸ ਦਾ ਮੁਲਾਜ਼ਮ ਉਸਦੇ ਨਾਲ ਗੱਲਬਾਤ ਵੀ ਕਰ ਰਿਹਾ, ਸ਼ਿਕਾਇਤ ਵੀ ਸੁਣ ਰਿਹਾ, ਨਾਲ ਨਾਲ ਪੈਗ ਵੀ ਲਗਾ ਰਿਹਾ ਔਰ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਅੰਮ੍ਰਿਤਸਰ ਦੇ ਰਾਮ ਬਾਗ ਦੀ ਇਹ ਵੀਡੀਓ ਦੱਸੀ ਜਾ ਰਹੀ ਹੈ ਜਿਸ ਦੇ ਵਿੱਚ ਪੰਜਾਬ ਪੁਲਿਸ ਦਾ ਮੁਲਾਜ਼ਮ ਥਾਣੇ ਦੇ ਵਿੱਚ ਵਰਦੀ ਉਤਾਰ ਕੇ ਪੈਗ ਲਗਾ ਰਿਹਾ। ਦੱਸਦੇ ਕਿ ਰਾਤ ਵੇਲੇ ਦੀ ਇਹ ਵੀਡੀਓ ਹੈ ਜੋ ਇੱਕ ਸ਼ਖਸ ਦੇ ਵੱਲੋਂ ਆਪਣੇ ਮੋਬਾਈਲ ਫੋਨ ਦੇ ਵਿੱਚ ਰਿਕਾਰਡ ਕੀਤੀ ਗਈ, ਜਿਸ ਮੌਕੇ ਇਹ ਪੁਲਿਸ ਦਾ ਮੁਲਾਜ਼ਮ ਵਰਦੀ ਉਤਾਰ ਕੇ ਕੁਰਸੀ 'ਤੇ ਬੈਠਾ ਪੈਗ ਲਗਾ ਰਿਹਾ। ਥਾਣੇ ਦੇ ਵਿੱਚ ਇਸ ਪੁਲਿਸ ਮੁਲਾਜ਼ਮ ਦੀ ਇਹ ਕਰਤੂਤ ਮੋਬਾਈਲ ਫੋਨ ਦੇ ਵਿੱਚ ਕੈਦ ਹੋਈ। ਅੰਮ੍ਰਿਤਸਰ ਦੇ ਰਾਮਬਾਗ ਥਾਣੇ ਦੀ ਇਹ ਵੀਡੀਓ ਦੱਸੀ ਜਾ ਰਹੀ ਹੈ। ਹੁਣ ਦੇਖਣਾ ਹੋਵੇਗਾ ਕਿ ਪੁਲਿਸ ਦੇ ਸੀਨੀਅਰ ਅਧਿਕਾਰੀ ਇਸ ਸਬ ਇੰਸਪੈਕਟਰ ਸਰਵਨ ਸਿੰਘ ਦੇ ਖਿਲਾਫ ਕੀ ਐਕਸ਼ਨ ਲੈਂਦੇ ਨੇ। ਦੂਜੇ ਪੱਲੋਂ ਆਇਆ ਵਾ ਉਹਨੇ ਚਪੇੜ ਛੱਡੀ ਆ, ਕੀ ਵੱਜੀ ਆ, ਡੰਡੇ ਮਾਰਨ ਦੇ ਸੀਗੇ, ਕੀ ਕੁਛ ਮਾਰਨ ਦੇ ਸੀਗੇ, ਮੇਰੇ ਮਕਾਨ ਦਾ ਕਹਿੰਦੇ ਜੀ ਕਬਜ਼ਾ ਮੈਨੂੰ ਦੇ ਦੇ। ਕਿੱਥੇ ਆ ਘਾਹ ਮੰਡੀ ਆ ਦੇਖੋ ਪੰਜਾਬ ਪੁਲਿਸ ਦੇ ਮੁਲਾਜ਼ਮ ਦਾ ਹਾਲ। ਥਾਣੇ ਦੇ ਵਿੱਚ ਹੀ ਸ਼ਰਾਬ ਦੀ ਬੋਤਲ ਖੋਲ ਲਈ, ਸ਼ਿਕਾਇਤਕਰਤਾ ਆਪਣੀ ਸ਼ਿਕਾਇਤ ਲਿਖਵਾ ਰਿਹਾ ਔਰ ਇਹ ਪੁਲਿਸ ਦਾ ਮੁਲਾਜ਼ਮ ਨਾਲ ਨਾਲ ਪੈਗ ਲਗਾ ਰਿਹਾ ਔਰ ਇਸਦੀ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ। ਦੱਸਦੀਏ ਕਿ ਇਹ ਸਬ ਇੰਸਪੈਕਟਰ ਸਵਰਨ ਸਿੰਘ ਹੈ ਜੋ ਥਾਣੇ ਦੇ ਵਿੱਚ ਵਰਦੀ ਉਤਾਰ ਕੇ ਪੈਗ ਲਗਾ ਰਿਹਾ। ਇੱਕ ਸ਼ਿਕਾਇਤਕਰਤਾ ਆਇਆ ਜਿਸ ਨੇ ਆਪਣੀ ਗੱਲਬਾਤ ਦੱਸੀ ਔਰ ਇਹ ਪੁਲਿਸ ਦਾ ਮੁਲਾਜ਼ਮ ਉਸਦੇ ਨਾਲ ਗੱਲਬਾਤ ਵੀ ਕਰ ਰਿਹਾ, ਸ਼ਿਕਾਇਤ ਵੀ ਸੁਣ ਰਿਹਾ, ਨਾਲ ਨਾਲ ਪੈਗ ਵੀ ਲਗਾ ਰਿਹਾ ਔਰ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਅੰਮ੍ਰਿਤਸਰ ਦੇ ਰਾਮਬਾਗ ਦੀ ਇਹ ਵੀਡੀਓ ਦੱਸੀ ਜਾ ਰਹੀ ਹੈ ਜਿਸ ਦੇ ਵਿੱਚ ਪੰਜਾਬ ਪੁਲਿਸ ਦਾ ਮੁਲਾਜ਼ਮ ਥਾਣੇ ਦੇ ਵਿੱਚ ਵਰਦੀ ਉਤਾਰ ਕੇ ਪੈਗ ਲਗਾ ਰਿਹਾ। ਦੱਸਦੇ ਕਿ ਰਾਤ ਵੇਲੇ ਦੀ ਇਹ ਵੀਡੀਓ ਹੈ ਜੋ ਇੱਕ ਸ਼ਖਸ ਦੇ ਵੱਲੋਂ ਆਪਣੇ ਮੋਬਾਈਲ ਫੋਨ ਦੇ ਵਿੱਚ ਰਿਕਾਰਡ ਕੀਤੀ ਗਈ, ਜਿਸ ਮੌਕੇ ਇਹ ਪੁਲਿਸ ਦਾ ਮੁਲਾਜ਼ਮ ਵਰਦੀ ਉਤਾਰ ਕੇ ਕੁਰਸੀ 'ਤੇ ਬੈਠਾ ਪੈਗ ਲਗਾ ਰਿਹਾ। ਥਾਣੇ ਦੇ ਵਿੱਚ ਇਸ ਪੁਲਿਸ ਮੁਲਾਜ਼ਮ ਦੀ ਇਹ ਕਰਤੂਤ ਮੋਬਾਈਲ ਫੋਨ ਦੇ ਵਿੱਚ ਕੈਦ ਹੋਈ। ਅੰਮ੍ਰਿਤਸਰ ਦੇ ਰਾਮਬਾਗ ਥਾਣੇ ਦੀ ਇਹ ਵੀਡੀਓ ਦੱਸੀ ਜਾ ਰਹੀ ਹੈ। ਹੁਣ ਦੇਖਣਾ ਹੋਵੇਗਾ ਕਿ ਪੁਲਿਸ ਦੇ ਸੀਨੀਅਰ ਅਧਿਕਾਰੀ ਇਸ ਸਬ ਇੰਸਪੈਕਟਰ ਸਰਵਨ ਸਿੰਘ ਦੇ ਖਿਲਾਫ ਕੀ ਐਕਸ਼ਨ ਲੈਂਦੇ ਨੇ।